बच गया। आ रे फड़ लिया फड़ लिया। भज रहे हो जी तुसी? नहीं बाथरूम गए तुसी? जे गलत जे तुसी सही हो तो भेज दोगे पे हो। श्री मान तुसी सही हो तो भेज दोगे पे हो। जे तुसी श्री मान जी सही हो तो भेज दोगे पे हो। प्रधान जी की गलबात होई जी? इस मोहल्ले दे विच गली नंबर 9-10 है, ये शरेआम दारू है जी? ये हाँ जी दो नंबर की दारू है। हाँ जी दो नंबर की। खोलो माड़ी सारी खोलो जी। हाँ जी हाँ जी एक मिनट जी। मेरा नाम सतीश गहलोत है जी। केड़ी गल हुई है जी? प्रधान एरिया केड़ा पैंदा है? ये जवाहर नगर गली नंबर 10 है जी। ठीक है जी, की गलबात हुई जी? ये कई कई है जी। हाँ जी हाँ, इन्हां दी सुन लो जी। छड्डो तुसीं बोलो पहलां। ਇਹ ਬੰਦਾ ਸ਼ਰੇਆਮ ਦਾਰੂ ਵੇਚ ਰਿਹਾ। ਅਸੀਂ ਅਸੀਂ ਵੀ ਪੀਂਦੇ ਹਾਂ, ਕੋਈ ਐਸੀ ਗੱਲ ਨਹੀਂ ਹੈਗੀ। ਅਸੀਂ ਇਹਨੂੰ ਕਿਹਾ, ਕਈ ਵਾਰੀ ਬੱਚੇ ਲੈਣ ਆਉਂਦੇ ਆ, ਇਹ ਸ਼ਰੇਆਮ ਵੇਚੀ ਜਾਂਦਾ। ਮੈਂ ਕਿਹਾ ਇਹ ਕੰਮ ਨਾ ਕਰ, ਬੱਚਿਆਂ ਨੂੰ ਨਾ ਦਿਆ ਕਰ। ਇਹ ਇਹ ਤਾਂ ਠੀਕ ਹੈ ਜਿਹੜਾ ਵੇਚਦਾ ਹੈ, ਜਾਂ ਕਿਹੜੀ ਜਗ੍ਹਾ? ਨਹੀਂ ਕਹਿੰਦਾ, ਮੇਰੇ ਕੋਲ ਪਰਮਿਸ਼ਨ ਹੈ ਜੀ, ਮੈਂ ਪੁਲਿਸ ਨੂੰ ਪੈਸੇ ਦਿੰਦਾ। ਐਮਐਲਏ ਦਾ ਸਿਰ ਮੇਰੇ ਸਿਰ ਤੇ ਮੇਰੇ ਹੱਥ ਹੈ, ਇਹ ਗੱਲ ਕਹੀ ਹੈ ਤੂੰ ਮੈਨੂੰ? ਗੱਲ ਐਮਐਲਏ ਦੀ ਹੋਈ ਨਾ, ਪੁਲਿਸ ਲਿਆ ਸੀ। ਹਾਂ ਇਹ ਕਹਿੰਦਾ ਸ਼ਰੇਆਮ, ਮੈਂ ਕਹਿੰਦਾ ਪੈਸੇ ਦਿੰਦਾ ਪੁਲਿਸ ਨੂੰ, ਮੈਨੂੰ ਕੋਈ ਰੋਕ ਨਹੀਂ ਸਕਦਾ। ਅੱਜ ਅਸੀਂ ਰੰਗੇ ਹੱਥੀ ਫੜਿਆ। ਆਹ ਦੇਖੋ ਜੀ, ਆਹ ਦਿਖਾਓ ਕਿੰਨਾ ਕੁ ਹੋਣਾ ਜੀ ਇਹ ਜਿਹੜਾ ਦਾਰੂ ਪਕੜੀ? ਇਹ ਗਿਣਿਓ ਜੀ ਕਿੰਨੇ ਪਊਏ ਆ? ਇਹ ਪਊਏ ਵੇਚਦਾ ਜੀ। ਇਹ ਕਿੰਨੀ ਚਿਕਨ ਦੀ ਦੁਕਾਨ ਹੈ? ਇਹਦੀ ਚਿਕਨ ਦੀ ਦੁਕਾਨ। ਅੱਛਾ, ਚਿਕਨ ਦੀ ਦੁਕਾਨ ਦੇ ਵਿੱਚ ਇਹ ਵੇਚ ਰਿਹਾ? ਵੇਚ ਰਿਹਾ ਜੀ, ਸ਼ਰੇਆਮ ਵੇਚਦਾ ਜੀ। ਤੇ ਕਿਹਦੀ ਸ਼ਹਿਰ ਦੀ ਮੰਜ? ਕੀ ਨਾਮ ਹੈ ਤੁਹਾਡਾ? ਲੱਕੀ। ਕਿਹੜੀ ਦਾ ਦੁਕਾਨ ਹੈ ਤੁਹਾਡੀ? ਕਿਸ ਚੀਜ਼ ਦੀ ਦੁਕਾਨ ਹੈ? ਮੂੰਹ ਉੱਪਰ ਕਰੋ ਨਾ। ਚਿਕਨ ਦੀ ਦੁਕਾਨ ਹੈ, ਚਿਕਨ ਦੀ। ਜੇ ਭਾਜੀ ਤੁਸੀਂ ਸਹੀ ਹੋ ਤਾਂ ਨਾ ਉੱਪਰ ਕਰੋ ਨਾ। ਟੋਪੀ ਉੱਪਰ ਕਰ ਯਾਰ। ਹਾਂਜੀ, ਟੋਪੀ ਉੱਧਰ ਦੇਖ। ਕਿਹੜੀ ਦਾ ਦੁਕਾਨ ਹੈ ਤੁਹਾਡੀ? ਹਾਂਜੀ, ਕਿਹੜੀ ਜਗ੍ਹਾ ਦੁਕਾਨ ਹੈ? ਆਹ ਦੁਕਾਨ ਹੈ ਜੀ, ਦਸਵੀਂ ਗਲੀ ਦੀ। ਕਿਸ ਚੀਜ਼ ਦੀ ਦੁਕਾਨ ਹੈ? ਚਿਕਨ ਦੀ। ਤੇ ਇਹ ਇਲਜ਼ਾਮ ਤੁਹਾਡੇ ਲੱਗੇ ਦਾਰੂ ਤੁਸੀਂ ਵੇਚ ਰਹੇ ਹੋ, ਦਾਰੂ ਜਿਹੜੀ ਰੰਗੇ ਹੱਥੀ ਪਕੜੀ ਹੈ, ਕਿਹਦੀ ਪਰਮਿਸ਼ਨ ਹੈ ਤੁਹਾਨੂੰ? ਦਾਰੂ ਮੈਂ ਪੀਣ ਵਾਸਤੇ ਰੱਖੀ ਆਪਣੇ ਵਾਸਤੇ ਤੇ ਨਹੀਂ, ਐਡੀ ਵੱਡੀ ਪੀਣ ਵਾਸਤੇ ਰੱਖ ਲਈ? ਆਹ ਦੇਖੋ ਸਰ, ਠੇਕਾ ਕਿੱਥੇ ਹੋ ਜਾਣਾ ਬੋਲੋਗੇ? ਕਿੱਥੇ ਟਿਕਣਾ? ਪੋਚਰ ਮਾਰਕੀਟ। ਯੈਸ ਰੋਡ, ਪੋਚਰ ਮਾਰਕੀਟ। ਉਹ ਉਹ ਕੀ ਕਹਿੰਦੇ, ਸ਼ਰੇਆਮ ਵੇਚੋ ਦਾਰੂ? ਨਹੀਂ, ਸ਼ਰੇਆਮ ਨਹੀਂ ਵੇਚੋ, ਕਹਿੰਦੇ ਉਹ ਕਹਿੰਦੇ ਪਰਨੇ ਦੇ ਵੇਚੋ। ਤੇ ਪਰਮਿਸ਼ਨ ਹੈਗੀ ਤੁਹਾਡੇ ਕੋਲ? ਪਰਮਿਸ਼ਨ ਠੇਕਾ ਨੇ ਦੇ ਕੇ ਜਾਂਦੇ? ਪਰਮਿਸ਼ਨ ਹੈਗੀ, ਲਿਖਤੀ ਪਰਮਿਸ਼ਨ ਹੈਗੀ? ਠੇਕੇ ਵਾਲੇ ਦੇ ਦਿੰਦੇ? ਪਰਮਿਸ਼ਨ ਤੁਹਾਡੇ ਕੋਲ ਹੈਗੀ ਕਿ ਨਹੀਂ ਹੈਗੀ? ਠੇਕੇ ਵਾਲੇ ਦੇ ਕੇ ਜਾਂਦੇ? ਪਰਮਿਸ਼ਨ ਹੈਗੀ ਜਾਂ ਨਹੀਂ? ਠੇਕੇ ਵਾਲੇ ਕੋਲ ਨਹੀਂ ਪਰਮਿਸ਼ਨ। ਸ਼੍ਰੀਮਾਨ ਜੀ, ਮੈਂ ਜੇ ਤੁਸੀਂ ਦਾਰੂ ਠੇਕੇ ਵਾਲੇ ਕੋਲ ਪਰਮਿਸ਼ਨ ਘਰ ਘਰ ਵੇਚਣ ਦੀ ਹੈ, ਤੁਹਾਡੇ ਕੋਲ ਪਰਮਿਸ਼ਨ ਹੈਗੀ? ਠੇਕੇ ਵਾਲੇ ਕੋਲ ਪਰਮਿਸ਼ਨ? ਠੇਕੇ ਵਾਲੇ ਦੇ ਕਹਿੰਦੇ ਉਹ ਸਾਡੇ ਮਾਲ ਲਿਖਤੀ ਤੁਹਾਨੂੰ ਕੋਈ ਦਿੱਤਾ ਕਿ ਠੇਕੇ ਵਾਲੋਂ? ਠੇਕੇ ਵਾਲੇ ਕਹਿੰਦੇ ਸਾਡੇ ਮਾਲ ਵੇਚੋ ਤੁਸੀਂ, ਤੁਹਾਨੂੰ ਕੋਈ ਨਹੀਂ? ਫਿਰ ਉਹਨਾਂ ਨੇ ਤੁਹਾਨੂੰ ਕਿੱਥੋਂ ਪਰਮਿਸ਼ਨ ਦੇਤੀ? ਉਹ ਕੀ ਉਹ ਕਹਿੰਦੇ ਵੀ ਸਾਡਾ ਮਾਲ ਵੇਚੋ, ਤੁਹਾਨੂੰ ਕੁਝ ਕੋਈ ਕੁਝ ਨਹੀਂ ਕਹੋ। ਤੇ ਇੱਕ ਦਾਰੂ ਤੁਸੀਂ ਵੇਚ ਰਹੇ ਹੋ, ਗਲਤ ਹੈ ਜਾਂ ਸਹੀ ਹੈ? ਨਾ ਦੱਸੋ, ਗਲਤ ਹੈ ਜਾਂ ਸਹੀ ਹੈ? ਹਾਂਜੀ, ਦਾਰੂ ਤੁਸੀਂ ਵੇਚ ਰਹੇ ਹੋ ਸ਼ਰੇਆਮ, ਗਲਤ ਹੈ ਜਾਂ ਸਹੀ ਹੈ? ਬਿਨਾਂ ਉਹਦੇ ਤੋਂ ਵੀ ਠੇਕੇ ਵਾਲੇ ਕਹਿੰਦੇ ਹੈ? ਠੇਕੇ ਵਾਲੇ ਨੇ ਕਿਹਾ ਵੀ ਸਾਡਾ ਮਾਲ ਦਾਰੂ ਵੇਚਣਾ ਇੱਥੇ ਗਲਤ ਹੈ ਜਾਂ ਸਹੀ ਹੈ? ਅੱਛਾ, ਬਿੱਲ ਲੱਗੇ ਤੁਹਾਡੇ ਕੋਲ? ਹਾਂਜੀ, ਬਿੱਲ ਲੱਗੇ ਤੁਹਾਡੇ ਕੋਲ? ਦਾਰੂ ਦਾ ਬਿੱਲ ਹੈਗਾ ਜਿਹੜੇ ਹੈਗੇ ਤਾਂ? ਬਿੱਲ ਠੇਕੇ ਤੇ ਤੁਹਾਡੇ ਕੋਲ ਹੈਗਾ ਜਾਂ ਨਹੀਂ ਹੈਗਾ? ਇਹ ਠੇਕੇਦਾਰ ਹੈ ਜੀ? ਨਹੀਂ ਹੈਗਾ ਨਾ? ਫਿਰ ਤੁਸੀਂ ਗਲਤ ਹੋ। ਠੇਕੇ ਵਾਲੇ ਪੈਸੇ ਲੈਂਦੇ ਆ? ਠੀਕ ਹੈ, ਓਕੇ।